ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਗੁਰਜਿੰਦਰ ਸਿੰਘ ਪੰਗੂ ਤੇ ਇਸ ਵੇਲੇ ਮੇਰੇ ਨਾਲ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪਟਿਆਲਾ ਜ਼ਿਲ੍ਹਾ ਦੇ ਪ੍ਰਧਾਨ ਜਸਵਿੰਦਰ ਬਰਾੜ ਸਾਹਿਬ ਆਪਣੀ ਪੂਰੀ ਉਹ ਟੀਮ ਦੇ ਨਾਲ ਮੌਜੂਦ ਨੇ। ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਆਪਾਂ ਵਿਸਥਾਰ ਦੇ ਵਿੱਚ, ਜਿਹੜੇ ਅੱਜ ਦੇ ਇਹ ਪ੍ਰੋਗਰਾਮ ਦਿੱਤੇ ਗਏ ਨੇ, ਇਹਨਾਂ ਪ੍ਰੋਗਰਾਮਾਂ ਦੇ ਆਖਰ ਕੀ ਅਰਥ ਨੇ, ਕਿਹੜੀਆਂ ਸਰਕਾਰਾਂ ਵੱਲੋਂ ਸਿੱਧਤ ਆਹ ਪ੍ਰੋਗਰਾਮ ਨੇ। ਜਸਵਿੰਦਰ ਜੀ, ਸਵਾਗਤ ਹੈ ਤੁਹਾਡਾ ਜੀ। ਮੈਂ ਜਸਵਿੰਦਰ ਸਿੰਘ ਬਰਾਸ, ਜ਼ਿਲ੍ਹਾ ਪ੍ਰਧਾਨ ਬੀਜੂ ਏਕਤਾ ਉਗਰਾਹਾਂ। ਅੱਜ ਦਾ ਜਿਹੜਾ ਧਰਨਾ ਦਿੱਤਾ ਜਾ ਰਿਹਾ ਹੈ, ਇਹ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਦਿੱਤਾ ਜਾ ਰਿਹਾ ਹੈ। ਅਸੀਂ ਅੱਜ ਪੰਜਾਬ ਸਰਕਾਰ ਨੂੰ ਵੀ ਮੰਗ ਪੱਤਰ ਦੇਣਾ ਹੈ ਅਤੇ ਆਪਣੇ DC ਦੇ ਰਾਹੀਂ ਸੈਂਟਰ ਸਰਕਾਰ ਨੂੰ ਮੰਗ ਪੱਤਰ ਦੇਣਾ ਹੈ। ਦੋ ਮੰਗ ਪੱਤਰ ਅੱਜ ਆਪਾਂ ਦੇਣੇ ਨੇ। ਇਹ ਮੰਗ ਪੱਤਰ ਜਿਹੜੇ ਪਿਛਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਹੜ੍ਹ ਆਏ ਨੇ, ਚਾਹੇ ਉਹ ਘੱਗਰ ਦਰਿਆ ਦੇ ਰਾਹੀਂ ਨੇ, ਚਾਹੇ ਬਿਆਸ ਦਰਿਆ ਦੇ ਰਾਹੀਂ, ਵੀ ਜਿੰਨਾ ਵੀ ਇਲਾਕਾ ਜਿਹੜਾ ਹੜ੍ਹ ਪ੍ਰਭਾਵਿਤ ਹੈ, ਉਹ ਹੜ੍ਹਾਂ ਦੇ ਨਾਲ ਜਿਹੜਾ ਨੁਕਸਾਨ ਹੋਇਆ, ਉਹ ਨੁਕਸਾਨ ਦੀ ਭਰਪਾਈ ਦੇ ਲਈ ਅੱਜ ਜਿਹੜੇ ਧਰਨੇ ਨੇ ਪੂਰੇ ਪੰਜਾਬ ਦੇ ਵਿੱਚ ਕੀ ਪੂਰੇ ਭਾਰਤ ਦੇ ਵਿੱਚ ਸੰਯੁਕਤ ਮੋਰਚੇ ਸੱਦੇ 'ਤੇ ਲਗਾਏ ਜਾ ਰਹੇ ਨੇ। ਤੁਹਾਨੂੰ ਕਿਉਂ ਲੱਗੀ ਇਹ ਗੱਲ ਕਿ ਧਰਨੇ ਲਾਉਣ ਦੀ ਹੁਣ ਲੋੜ ਮਹਿਸੂਸ ਹੋਈ ਤੁਹਾਨੂੰ? ਉਹ ਤਾਂ ਭਗਵੰਤ ਮਾਨ ਸਰਕਾਰ ਬੇਸ਼ੱਕ ਇਹ ਗੱਲ ਕਹਿੰਦੀ ਹੈ ਵੀ ਅਸੀਂ ਮੁਰਗੇ ਦਾ ਹੀ ਮਾਮਲਾ ਦੇਵਾਂਗੇ, ਬੱਕਰੀ ਦਾ ਹੀ ਮਾਮਲਾ ਦੇਵਾਂਗੇ, ਜੇ ਕਿਸੇ ਦੀ ਕੰਧ ਡਿੱਗੀ ਉਹਦਾ ਹੀ ਮਾਮਲਾ ਦੇਵਾਂਗੇ, ਕਹਿਣ ਤੋਂ ਭਾਵ ਵੀ ਕੁੱਲ ਭਰਪਾਈ ਦਾ ਮਾਮਲਾ ਦੇਵਾਂਗੇ। ਭਗਵੰਤ ਮਾਨ ਇਹ ਵੀ ਕਹਿੰਦਾ ਵੀ ਦੂਜੀਆਂ ਸਰਕਾਰਾਂ ਨੂੰ ਤਾਂ ਪਤਾ ਨਹੀਂ ਵੀ ਕੱਦੂ ਕੀ ਹੁੰਦਾ, ਵੀ ਮੈਂ ਕਿਸਾਨਾਂ ਦਾ ਪੁੱਤ ਹਾਂ, ਕਿਸਾਨੀ 'ਚੋਂ ਗਿਆ ਹੋਇਆ, ਮੈਂ ਜਿਹੜਾ ਕਿਸਾਨਾਂ ਦਾ ਕੱਦੂ ਦਾ ਖਰਚਾ ਵੀ ਹੈ ਉਹ ਵੀ ਦੇਊਂਗਾ। ਪਰ ਹੁਣ ਜ਼ਮੀਨੀ ਪੱਧਰ 'ਤੇ ਅਸੀਂ ਕੀ ਦੇਖ ਰਹੇ ਹਾਂ ਵੀ ਹਜੇ ਲੋਕਾਂ ਨੂੰ ਜਿਹੜਾ ਮਾਮਲਾ ਹਜੇ ਤੱਕ ਪਿੰਡਾਂ ਦੇ ਪਿੰਡਾਂ 'ਚ ਪੈਣੇ, ਵੀ ਜਿਹੜੇ ਪਿੰਡਾਂ ਦੇ ਵਿੱਚ ਇੱਕ ਦੁੱਕੀ ਮਾਮਲੇ ਦੀ ਭਗਵੰਤ ਮਾਨ ਸਰਕਾਰ ਨੇ ਦਿੱਤੀ ਨਹੀਂ। ਇਹਨਾਂ ਗੱਲਾਂ ਤੋਂ ਦੁਖੀ ਹੋ ਕੇ ਲੋਕਾਂ ਦੀ ਆਵਾਜ਼ ਬਣ ਕੇ ਅੱਜ ਅਸੀਂ ਇਹ ਧਰਨਾ DC ਦਫ਼ਤਰਾਂ ਦੇ ਅੱਗੇ ਦੇ ਰਹੇ ਹਾਂ। ਸਰਕਾਰ ਤੋਂ ਤਾਂ ਕਹਿਣਾ ਸੀ ਕਿ ਅਸੀਂ ਜਿਹੜਾ ਸਾਡਾ ਉਹ ਫੰਡ ਹੈ, ਫੰਡ ਸਾਡੇ ਕੋਲ ਹੈਗਾ, ਅਸੀਂ ਤਾਂ ਸੈਂਟਰ ਤੋਂ ਵੀ ਨਹੀਂ ਮੰਗਦੇ ਹੈਗੇ, ਇਹ ਗੱਲ ਕਹੀ ਸੀ ਮੁੱਖ ਮੰਤਰੀ ਸਾਹਿਬ ਨੇ। ਅਤੇ ਉਸ ਤੋਂ ਬਾਅਦ ਚਲੋ ਤਾਲਮੇਲ ਦੇ ਵਿੱਚ ਗੱਲ ਹੋਈ, 6800 ਰੁਪਏ ਪ੍ਰਤੀ ਏਕੜ ਮੁਆਵਜ਼ਾ ਜਿਹੜਾ ਉਹ ਐਲਾਨਿਆ ਗਿਆ। ਦੱਸਿਆ ਜਾ ਰਿਹਾ ਕਿ ਕਈ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਆਉਣਾ ਸ਼ੁਰੂ ਵੀ ਹੋ ਗਿਆ ਉਹ ਮੁਆਵਜ਼ਾ, ਕੀ ਤੁਸੀਂ 6800 ਰੁਪਏ ਦੇ ਨਾਲ ਸੰਤੁਸ਼ਟ ਨਹੀਂ ਹੋ? ਜੋ ਮਾਮਲਾ ਸਰਕਾਰ ਦੇ ਰਹੀ ਹੈ, ਜੇ ਹੁਣ ਆਪਾਂ ਕਹੀਏ ਜਿਹੜਾ ਕਿਸਾਨ ਦਾ ਨੁਕਸਾਨ ਹੈ, ਉਹ ਬਹੁਤ ਜਗ੍ਹਾ 'ਤੇ ਕਿਸਾਨ ਦੀ ਜਿਹੜੀ ਜ਼ਮੀਨ ਹੈ, ਮੰਨ ਲਓ ਖੂਹ ਜਿੰਨੀ ਡੂੰਘੀ ਪੁੱਟੀ ਗਈ ਹੈ, ਹੁਣ ਜੇ ਆਪਾਂ ਉਹ ਕਹਿ ਦਈਏ ਵੀ 6800 ਰੁਪਏ ਨਾਲ ਉਹਦੀ ਭਰਪਾਈ ਹੋਜੂਗੀ, 6800 ਰੁਪਏ ਨਾਲ ਤਾਂ ਭਰਪਾਈ ਨਹੀਂ ਹੁੰਦੀ ਹੈਗੀ। ਹੁਣ ਜਿਹੜੇ ਕਿਸਾਨਾਂ ਦੇ ਘਰ ਡਿੱਗੇ ਉਹਦੀ ਭਰਪਾਈ 6800 ਰੁਪਏ ਨਾਲ ਤਾਂ ਉਹਦੀ ਭਰਪਾਈ ਨਹੀਂ ਹੋਣ ਲੱਗੀ ਹੈਗੀ, ਜਾਂ ਹੋਰ ਪਸ਼ੂ ਨੁਕਸਾਨੇ ਗਏ, ਡੰਗਰ ਮਾਰੇ ਗਏ, ਉਹ ਜੇ ਭਰਪਾਈ ਕਹਿੰਦੀ ਵੀ 6800 ਰੁਪਏ ਨਾਲ ਹੋਜੂਗੀ, ਉਹਨਾਂ ਨਾਲ ਤਾਂ ਹੋਣ ਨਹੀਂ ਲੱਗੀ ਨਾ। ਅੱਜ 1,00,000 ਰੁਪਏ ਤੋਂ ਘੱਟ ਜਿਹੜਾ ਚੱਜ ਦਾ ਪਸ਼ੂ ਹੈ ਉਹ ਨਹੀਂ ਮਿਲਦਾ ਹੈਗਾ। ਅਤੇ ਜਿਹੜੇ ਹੋਰ ਜੇ ਜਗ੍ਹਾ ਪਾਉਣ ਲੱਗ ਜਾਈਏ, ਸਾਰੀ ਉਮਰ ਕਿਸਾਨ ਦੀ ਲੱਗ ਜਾਂਦੀ ਹੈ, ਕੋਈ ਚੱਜ ਦੀ ਜਗ੍ਹਾ ਨਹੀਂ ਪਾ ਸਕਦਾ, ਉਹ ਜਗ੍ਹਾਵਾਂ ਹੀ ਕਿਸਾਨਾਂ ਦੀਆਂ ਡਿੱਗੀਆਂ ਨੇ। ਫਿਰ ਜੇ ਆਪਾਂ ਕਹੀਏ 6800 ਰੁਪਏ ਨਾਲ ਸਰ ਗਿਆ, ਆਕਣਾ ਉਸ ਸਾਈਡ ਦੇਖੀ ਨਾ, ਦੂਰੀ ਦੂਰੀ ਵਾਰ 30-30 ਵਾਰ ਲੋਕਾਂ ਨੇ ਝੋਨੇ ਲਾਏ ਨੇ, 30-30 ਵਾਰ ਵਾਲੇ ਝੋਨੇ ਵੀ ਮਰ ਗਏ, ਹੁਣ ਉਹ 6800 ਰੁਪਏ ਦਾ ਕਿਵੇਂ ਭਲਾ ਘਰ ਪੂਰਾ ਹੋਊਗਾ? 4000 ਦਾ ਬਾਈ ਜੀ ਜੀਰੀ ਦੀ ਲਵਾਈ ਹੈ, ਫਿਰ 2-3000 ਰੁਪਇਆ ਕੱਦੂ ਦੇ ਖਰਚਾ ਆ ਜਾਂਦਾ, ਹੋਰ ਖਰਚੇ ਨੇ ਮੰਨ ਲਓ ਦਵਾਈਆਂ ਵਗੈਰਾ ਦੇ, ਉਹ ਸਾਰੇ ਦੀ ਭਰਪਾਈ ਆਪਾਂ ਕਹਿੰਦੇ 6800 ਰੁਪਏ ਨਾਲ ਕਿਵੇਂ ਹੋਜੂਗੀ? ਇਸ ਕਰਕੇ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਜਿਹੜਾ ਇੱਕ ਕੀ ਤੁਹਾਡੇ ਕੋਲ ਇੱਦਾਂ ਦਾ ਕੋਈ ਆਈਡੀਆ ਹੈਗਾ ਕਿ ਸਰਕਾਰ ਵੱਲੋਂ ਜਿੱਥੇ ਜਿੱਥੇ ਨੁਕਸਾਨ ਹੋਏ ਸੀ ਉਹਨਾਂ ਦੀ ਗਿਰਦਾਵਰੀ ਕਰ ਲਈ ਗਈ ਹੈ, ਅਤੇ ਸਰਕਾਰ ਦੀ ਗਿਰਦਾਵਰੀ ਤੋਂ ਬਾਅਦ ਜਿਹੜੇ ਸਰਕਾਰ ਦੇ ਅੰਕੜੇ ਨੇ ਉਹ ਕਿੰਨੇ ਨੇ? ਉਗਰਾਹਾਂ ਜਿੱਥੇ ਬੰਦੇ ਨੇ ਆਪਣੇ ਤੌਰ ਦੇ ਉੱਪਰ ਕੋਈ ਡੇਟਾ ਕਲੈਕਟ ਕੀਤਾ ਹੋਵੇ ਕਿ ਪੰਜਾਬ ਦੇ ਵਿੱਚ ਕਿੰਨੇ ਏਕੜ ਫਸਲ ਤਬਾਹ ਹੋ ਗਈ? ਦੇਖੋ, ਸਾਡੇ ਕੋਲ ਪੰਜਾਬ ਪੱਧਰੇ ਡੇਟੇ ਤਾਂ ਨਹੀਂ ਹੈਗੇ, ਅਸੀਂ ਆਪਦੇ ਸਾਡੀ ਜਥੇਬੰਦੀ ਵੱਲੋਂ ਜਿਹੜੇ ਪਿੰਡਾਂ ਦੇ ਵਿੱਚ ਸਾਡੀਆਂ ਜਥੇਬੰਦੀਆਂ ਬਣੀਆਂ ਹੋਈਆਂ ਨੇ, ਅਸੀਂ ਉਹ ਪਿੰਡਾਂ ਦੇ ਵਿੱਚੋਂ ਅੱਜ ਜਿਹੜੇ ਉਹ ਨੇ ਡਾਟੇ ਮੰਗਾਏ ਹੋਏ ਨੇ ਵੀ ਕਿਹੜੇ ਪਿੰਡਾਂ ਦੇ ਵਿੱਚ ਕਿੰਨਾ ਨੁਕਸਾਨ ਹੋਇਆ, ਉਹਦਾ ਮਾਮਲਾ ਮਿਲ ਗਿਆ ਜਾਂ ਨਹੀਂ ਮਿਲ ਗਿਆ। ਹੁਣ ਸਾਨੂੰ ਐਲਾਨ ਦੀ ਧਰਨੇ ਕਿਉਂ ਲੋੜ ਪੈ ਗਈ? ਕਿਉਂਕਿ ਪੰਜਾਬ ਪੱਧਰ 'ਤੇ ਕੀ ਪੂਰੇ ਭਾਰਤ ਪੱਧਰ 'ਤੇ ਇਹ ਗੱਲ ਹੈ ਵੀ ਸਰਕਾਰਾਂ ਕਹੀ ਜਾਂਦੀਆਂ ਨੇ ਮਾਮਲੇ ਆਸ ਦੇ ਵਿੱਚ ਦੇ ਨਹੀਂ ਰਹੀਆਂ ਹੈਗੀਆਂ, ਹੁਣ ਝੋਨੇ ਦੀ ਫਸਲ ਵੱਢਣ ਨੂੰ ਤਿਆਰ ਹੈ, ਭਗਵੰਤ ਮਾਨ ਸਰਕਾਰ ਤਾਂ ਕਹਿੰਦੀ 15 ਦਿਨਾਂ ਦੇ ਵਿੱਚ ਮਾਮਲਾ ਪਾ ਦਾਂਗੇ, ਕਿੱਥੇ ਗਈਆਂ ਉਹ ਗੱਲਾਂ? ਇਹਨਾਂ ਗੱਲਾਂ ਤੋਂ ਦੁਖੀ ਹੋ ਕੇ ਅਸੀਂ ਅੱਜ ਮਜਬੂਰ ਹੋਏ ਵੀ ਸਾਨੂੰ ਇਹ ਜਿਹੜੇ ਧਰਨੇ ਜਿਹੜੇ ਨੇ ਉਹ ਲਾਣੇ ਪੈਂਦੇ ਨੇ। ਆਹ ਜਿਹੜੇ ਲੋਕ ਨੇ, ਕਿਰਤੀ ਲੋਕ ਨੇ, ਕਿਰਤ ਕਰਨ ਵਾਲੇ ਲੋਕ ਨੇ, ਇਹ ਜੇ ਲੜ ਕੇ ਕੁਝ ਨਾ ਕੁਝ ਲੈ ਲੈਂਦੇ ਨੇ, ਜੇ ਨਹੀਂ ਲੜਦੇ ਤਾਂ ਕੁਝ ਨਹੀਂ, ਬੇਸ਼ੱਕ SDM ਨਾਲ ਬਹਿ ਰਹੋ, ਕਹਿ ਦੇਣਗੇ 1,00,000 ਰੁਪਇਆ ਸਾਡੇ ਕੋਲ ਆਇਆ ਪਿਆ, ਪਰ ਕਿਸਾਨਾਂ ਦੇ ਖਾਤੇ 'ਚ ਤਾਂ ਕੋਈ ਨਹੀਂ ਪਾਇਆ ਜਾ ਰਿਹਾ। ਜੇ ਪਾਇਆ ਵੀ ਜਾ ਰਿਹਾ ਪਿੰਡਾਂ ਦੇ ਵਿੱਚ ਦੇਖਦੇ ਹਾਂ, ਉਹ ਕਿਹੜਾ ਮਚੌਧਰੀਆਂ ਨੂੰ ਆਪਦੇ ਮਿਲੀ ਭੁਗਤ ਵਾਲੇ ਬੰਦਿਆਂ ਨੂੰ ਪਾਇਆ ਜਾ ਰਿਹਾ, ਜਿਨ੍ਹਾਂ ਦੀ ਅਸਲ ਦੇ ਵਿੱਚ ਮਾਰ ਹੋਈ ਹੋਈ ਹੈ ਉਹਨਾਂ ਨੂੰ ਮਾਮਲਾ ਨਹੀਂ ਪਾਇਆ ਜਾ ਰਿਹਾ ਹੈਗਾ। ਕਿਸਾਨਾਂ ਦੀ ਇੱਕ ਬਹੁ ਗਿਣਤੀ ਹੋਣ ਦੇ ਬਾਵਜੂਦ, ਅਰਥਚਾਰੇ ਦੇ ਵਿੱਚ ਕਿਸਾਨਾਂ ਦਾ ਇੱਕ ਵੱਡਾ ਰੋਲ ਹੋਣ ਦੇ ਬਾਵਜੂਦ, ਕਿਸਾਨੀ ਨੂੰ ਇਗਨੋਰ ਕਿਉਂ ਕੀਤਾ ਜਾ ਰਿਹਾ? ਕਿਸਾਨ ਜਥੇਬੰਦੀਆਂ ਲਗਾਤਾਰ ਇਹ ਗੱਲ ਕਹਿੰਦੀਆਂ ਨੇ ਕਿਸਾਨੀ ਨੂੰ ਇਗਨੋਰ ਕੀਤਾ ਜਾ ਰਿਹਾ, ਜਦੋਂ ਬਹੁਤਾਤ ਦੇ ਵਿੱਚ ਕਿਸਾਨੀ ਦਾ ਇੱਕ ਰੋਲ ਹੈਗਾ ਦੇਸ਼ ਦੇ ਵਿੱਚ,
पंजाब दे विच भी भारत दे देश दे विच भी तां फिर इग्नोर क्यों किया जा रहा है किसानों नूं? की लगता कि रीप्रजेंट नहीं हो रहे हैं किसानों के सही तरीके दे नाल मुद्दे, जां तुसीं तां पेश कर रहे हो मुद्दे सरकार दे सामने, सरकारां ही सुनवाई नहीं कर रही? जेकर सरकारां सुनवाई नहीं कर रही तां क्यों नहीं कर रही? भाई असल दे विच जिहड़ियां सरकारां ने सरकारां कारपोरेट सैक्टर दीआं उन्हां बणाईआं होईआं मारू नीतियां, जिहड़ियां नीतियां दे तहत साडे पंजाब दे किसान नूं जां भारत दे किसान नूं कह लईए वी जमीन दे विच्चों आउट करना चाहुंदियां ने, उहदे तहत जिहड़े किसान ने किरत करन वाले लोग ने उह लोग किवें कमजोर हो जाण, उह हरेक नीति जिहड़ी सरकार वरत रही है उह इस तरहां दी होर कोई नीति नहीं वी जिहदे नाल इह लोग किसान आ किसानी जिहड़ी प्रफुल्लित हो सके, इस तरह का कोई भी कदम जिहड़ा उह नहीं चक्किया जा रहा। भगवंत मान सरकार दीआं बड़ियां वीडियो वायरल होईआं भी सानू नहरी पानी देता जी, फलाना देता जी, ढिकड़ा देता जी, मगरों देखिया जी खेतों वाली लाइट भी चार चार घंटे तीन तीन घंटे चलती है, बहुते साढ़े सूए असी आपके नज़दीकी एक बिशनपुरा टेलवाई दी साढ़े को बमन माजरे को लंघती है वो भी तिप पानी नहीं आया है, एक ताला फीटर चलती है लवे वो भी तिप पानी नहीं आया है, होर असी पटियाले जिले दी होर बहुत सारिया यही जी गल्लां गड़ा सकते हैं जिहड़े साढ़े सूए ने कस्सियां ने हजे उन्होंने पानी नहीं आया है। पर यह जो मान साहब वालों पंजाब सरकार वालों गल कही गई सी कि हर खेत के हर कोने पानी लगेगा, वो नाल ही गल रखी गई सी कि जरूरी नहीं है इस साल के कंप्लीट हो जाए, पांच साल की सरकार की टर्म है, जो तक पांच साल कंप्लीट हो गए उदों तक सारिया जिहड़ियां जमीना ने खेत ने सारे इन्हों नहरी पानी पहुँचता हो जाएगा। दो साल का समा भगवंत मान सरकार बीत चुके हैं, पांच साल भी लंघ जाएंगे, पहलां दीआं सरकारां भी साडे नाल जिवें हाथी दे दंद खाण दे होर दिखाण दे होर इस तरह गल करदियां रहियां ने, इस तरह भगवंत मान सरकार है लोगों को कहिंदी कुछ होर है असल दे विच करदी कुछ होर है, आ जिहड़ी जमीनी हकीकत है मान लो जमीनी हकीकत उह गल्लां नहीं हुंदियां जो सरकारां साडे नाल करदियां ने, जमीनी हकीकत तां उही कुछ है जिहड़ा पहलां चाहे अकाली दल सरकार कर गई चाहे कांग्रेस सरकार कर दी, असीं तां इहनूं ऐ देख रहे भी उहनां नूं भी किते ना किते चढ़दी है, जिवें उहदे विच जिहड़ा लक्कड़ दा दस्ता ना जंगल नूं कटदा हुंदा है उहदे विच दस्ता लक्कड़ दा हुंदा है उह जंगल दा नुकसान सब तों वध करदा है, इसे तरह भगवंत मान सरकार है जिहड़ी भगवंत मान है बेशक साडे किसानां चों है साडे घरां चों है पर सानूं ऐ लगदा वी साडा सब तों वध जिहड़ा नुकसान है भगवंत मान सरकार करूगी भी नहीं सरकारों वध। इलैक्शन तो पहला थोड़े भगवंत मान मुख्यमंत्री पूरी पार्टी बारे की विचार से जो पार्टी सरकार दे विच बन गई उदों थोड़ा एक्सपीरियंस की रहा? साडा चोणां दे विच जदों सारिया बोट बटोरू पार्टियां ने आपका बिगल बजाया साडा बीके जू एकता ग्राहां दा उदों भी स्टैंड यही रहा है भी इन्हां सरकारां तों झाक छड के अपनी अपने एके दी ताकत ते टेक रख के चलो भरावो, क्योंकि जिहड़ियां सरकारां ने इह सरकारां कारपोरेट घराणे दीआं बणाईआं होईआं नीतियां पॉलिसियां ते कम करदीआं ने उहनां दे मुताबक चलदीआं ने, इह तां वोटां तों पहलां तां लोकां दे नाल लुभाणे वास्ते करदीआं ने लोकां तों वोटां लैण वास्ते, वोटां तों बाद इह उह कारपोरेट घराणिआं दे 15% लोकां दे हक दे विच भुगदीआं जी। बिल्कुल। सो दोस्तों मेरे नाल पटियाला जिले दे प्रधान गुराहां जथेबंदी दे गुराहां ग्रुप दे जसविंदर सिंह बराल साहब मौजूद सी, इहनां ने सारी गल्लबात अपने नाल दसी कि आखिर क्यों किसानां नूं मुड़ के सड़कां दे उपर दुबारा बैठना पिया, क्यों किसानां नूं रोड जाम करने पे। SKM दा एक प्रोटेस्ट सी जिहदे च कई जथेबंदियां ने शमूलियत की, नाल दी नाल गुराहां जथेबंदी ने भी अपनी सपोर्ट की, तालमेल दे विच प्रोग्राम जिहड़ा उह लिखिआ गिआ, किहड़ियां किहड़ियां मंगां सी तुहाडे नाल, उह बराल साहब ने सारियां खुल के दसियां।